ਵੀ ਅੰਮ੍ਰਿਤਪਾਲ ਜੀ ਨੂੰ ਡਿਬਰੂਗੜ੍ਹ ਲਿਜਾਣ ਦੀ ਕੀ ਜ਼ਰੂਰਤ ਸੀ? ਕਿਆ ਸਾਰੇ ਹਿੰਦੁਸਤਾਨ 'ਚ ਕਿਤੇ ਕੋਈ ਜੇਲ੍ਹ ਨਹੀਂ ਹੈ ਰੱਖਣ ਲਈ? ਪੰਜਾਬ 'ਚ ਜਿਹੜੀ ਨਾਭਾ ਜੇਲ੍ਹ ਆ, ਦੈਟ ਇਜ਼ ਕਾਲਡ ਹਾਈ ਸਿਕਿਉਰਿਟੀ ਜੇਲ੍ਹ। ਜਦੋਂ ਟੈਰਰਿਜ਼ਮ ਸੀ, ਸਭ ਤੋਂ ਜਿਹੜੇ ਡਰੈਡਡ ਟੈਰਰਿਸਟ ਹੁੰਦੇ ਸੀ ਉਦੋਂ ਨਾਭੇ ਹੁੰਦੇ ਸੀ। ਔਰ ਮੈਂ CISF ਐਜ਼ ਐਨ ਔਰਗਨਾਈਜੇਸ਼ਨ ਜਾਣਦਾ, ਬਹੁਤ ਪ੍ਰੋਫੈਸ਼ਨਲ ਔਰਗਨਾਈਜੇਸ਼ਨ। ਆਈ ਥਿੰਕ ਦੇ ਵਿਲ ਕਮ ਆਊਟ ਵਿਦ ਦੀ ਟਰੁੱਥ ਕਿ ਐਕਚੁਅਲ ਕੀ ਹੋਇਆ, ਕਿਉਂਕਿ ਕੋਈ ਫੁੱਲ ਡਿਟੇਲਸ ਤੇ ਬਾਹਰ ਆ ਨਹੀਂ ਰਹੀਆਂ। ਪਰ ਦੋਵੇਂ ਸਾਈਡਾਂ ਤੋਂ ਹੀ ਇੱਕ ਕਿਸੇ ਦੀ ਵੀ ਕੋਈ ਫੀਲਿੰਗ ਹਰਟ ਕਰਨ ਦਾ ਕੰਮ ਨਹੀਂ ਕਰਨਾ ਚਾਹੀਦਾ। ਤੁਹਾਡੀ ਆਪਣੀ ਜਿਸ ਤਰ੍ਹਾਂ ਦਾ ਤੁਸੀਂ ਚਲਾਉਂਦੇ ਹੋ, ਇਹ ਮੈਂਡੇਟ ਤਾਂ ਕੇਂਦਰ ਦੇ ਵੀ ਖਿਲਾਫ ਔਰ ਪੰਜਾਬ 'ਚ ਉਸ ਤੋਂ ਜ਼ਿਆਦਾ ਵੀ ਖਿਲਾਫ ਹੈ। ਕਿਉਂਕਿ ਇਹਨਾਂ ਨੇ ਇੰਨੇ ਭਾਸ਼ਣ ਕੀਤੇ, ਹੁਣ ਸਿਰਫ ਪੋਸਟਰ ਲਗਾਉਂਦੇ ਆ ਚਾਰੇ ਪਾਸੇ। 70 ਕਰੋੜ ਦਾ ਬਜਟ ਸੀ, 700 ਕਰੋੜ ਦਾ ਕਰ ਲਿਆ ਪਬਲਿਸਿਟੀ ਦਾ। ਤੇਲੰਗਾਨਾ ਤੱਕ ਤੁਸੀਂ ਬੰਬੇ ਦੇ ਏਅਰਪੋਰਟ, ਕਲਕੱਤਾ, ਸਭ ਜਗ੍ਹਾ ਇਹਨਾਂ ਦੇ ਪੋਸਟਰ ਲੱਗੇ ਹੁੰਦੇ ਆ, ਬਿਲਬੋਰਡ ਲੱਗੇ ਹੁੰਦੇ ਆ। ਅਰੇ ਥੱਲੇ ਗਰਾਊਂਡ 'ਤੇ ਕੁਛ ਹੋ ਨਹੀਂ ਰਿਹਾ। ਪੰਜਾਬ ਕੇ ਫਤਿਹਗੜ੍ਹ ਸਾਹਿਬ ਸੇ ਲਗਾਤਾਰ ਦੂਸਰੀ ਬਾਰ ਕਾਂਗਰਸ ਕਾ ਪਰਚਮ ਲਹਿਰਾਨੇ ਵਾਲੇ ਅਮਰ ਸਿੰਘ ਜੀ ਹਮਾਰੇ ਸਾਥ ਮੌਜੂਦ ਹੈ ਬਾਤਚੀਤ ਕਰਨੇ ਕੇ ਲਿਏ। ਸਰ, ਜਨਤਾ ਜਨਾਰਦਨ ਨੇ ਆਪਕੋ ਵਿਜੇਈ ਬਣਾਇਆ ਹੈ, ਇੱਕ ਬਾਰ ਫਿਰ ਸੇ ਮੌਕਾ ਮਿਲਾ ਹੈ ਸੰਸਦ ਕੀ ਪਟਲ ਪਰ ਜਨਤਾ ਕਾ ਆਵਾਜ਼ ਬਣਨੇ ਕਾ, ਕਿਆ ਮੁੱਦੇ ਉਠਾਏਂਗੇ ਇਸ ਬਾਰ? ਨਹੀਂ ਦੇਖੋ, ਇੱਕ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵੋਟਰਾਂ ਦਾ, ਲੀਡਰਾਂ ਦਾ ਸਭ ਤੋਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਮੈਨੂੰ ਦੂਸਰੀ ਵਾਰ ਮੌਕਾ ਦਿੱਤਾ। ਦੂਸਰੀ ਗੱਲ ਇਹ ਹੈ ਕਿ ਦੇਖੋ, ਮੇਰੇ ਪਿਛਲੇ 5 ਸਾਲ 'ਚ ਵੀ ਬਹੁਤ ਸਾਰੇ ਮੈਂ ਮੁੱਦੇ ਇੱਥੇ ਪਾਰਲੀਮੈਂਟ 'ਚ ਚੁੱਕੇ ਸੀ ਔਰ ਉਹਨਾਂ 'ਚੋਂ ਕੋਈ ਬਹੁਤ ਵੱਡਾ ਸਲਿਊਸ਼ਨ ਮੈਨੂੰ ਮਿਲਿਆ ਨਹੀਂ ਹੈਗਾ। ਜਿਵੇਂ ਸਭ ਤੋਂ ਵੱਡਾ ਤਾਂ ਮੇਰਾ ਮੁੱਦਾ ਸੀ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਇੰਟਰਨੈਸ਼ਨਲ ਟੂਰਿਸਟ ਸਰਕਟ 'ਚ ਉਹਨੂੰ ਇਨਕਲੂਡ ਕੀਤਾ ਜਾਵੇ ਔਰ ਇੰਟਰਨੈਸ਼ਨਲ ਟੂਰਿਜ਼ਮ ਵਾਲੀਆਂ ਜਿਹੜੀਆਂ ਪਲੇਸਿਸ ਹੁੰਦੀਆਂ ਉਸ ਲੈਵਲ ਦੀਆਂ ਉੱਥੇ ਇਨਫਰਾਸਟ੍ਰਕਚਰ ਫੈਸਿਲਿਟੀਜ਼ ਕ੍ਰੀਏਟ ਕਰੋ, ਕਿਉਂਕਿ ਸਾਰੀ ਦੁਨੀਆ ਉੱਥੇ ਆਉਣਾ ਚਾਹੁੰਦੀ। ਹੁਣ ਵੀ 1705 ਦੀ ਉਹ ਘਟਨਾ ਹੈਗੀ ਹੈ, 4 ਔਰ 5 ਦੀ, ਔਰ ਅੱਜ ਵੀ 50 ਲੱਖ ਤੋਂ 1 ਕਰੋੜ ਆਦਮੀ 26 ਦਸੰਬਰ ਨੂੰ ਉੱਥੇ ਆਉਂਦਾ ਆਫਟਰ ਸੋ ਮੈਨੀ ਈਅਰ। ਅਤੇ ਮੈਂ ਉਹ ਕਿਹਾ ਸੀ ਕਿ ਭਾਈ ਉਹਨੂੰ ਉਸ ਤਰ੍ਹਾਂ ਕਰ ਦਿਓ ਕਿ ਸਾਰੀ ਦੁਨੀਆ 'ਚ ਲੋਕ ਆਉਂਦੇ ਆ, ਉਹਨਾਂ ਨੂੰ ਫੈਸਿਲਿਟੀਜ਼ ਹੋ ਜਾਣ। ਠੀਕ ਹੈ, ਫਿਰ ਨਾਲ ਹੀ ਸ਼੍ਰੀ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਪਲੇਸ ਆ। ਅੱਛਾ, ਕੇਂਦਰ ਸਰਕਾਰ ਦੀ ਪੋਲਿਸੀ ਆ ਕਿ ਹਰ ਡਿਸਟ੍ਰਿਕਟ ਪਲੇਸ 'ਤੇ ਅਸੀਂ ਮੈਡੀਕਲ ਕਾਲਜ ਬਣਾਉਣਾ। ਮੈਂ ਕਿਹਾ ਸੀ ਇਹਨੂੰ ਪ੍ਰਿਓਰਿਟੀ 'ਤੇ ਬਣਾ ਦਿਉ, ਕਿਉਂਕਿ ਇਟਸ ਏ ਹਿਸਟੋਰੀਕਲ ਪਲੇਸ। ਉਹ ਨਹੀਂ ਮੇਰਾ ਕੰਮ ਹੋਇਆ। ਫਿਰ ਦੇਖੋ, ਮੇਰੇ ਨੈਸ਼ਨਲ ਹਾਈਵੇ 150-200 ਕਿਲੋਮੀਟਰ ਨਿਕਲਦਾ ਫਰੋਮ ਰਾਜਪੁਰਾ ਟੂ ਟਿਲ ਲੁਧਿਆਣਾ, ਦਿਸ ਇਜ਼ ਮਾਈ ਪਾਰਲੀਮੈਂਟ। ਮੈਂ ਕਿਹਾ ਸੀ ਕਿ ਉਸ ਰੋਡ 'ਤੇ ਕਿਤੇ ਵਧੀਆ ਟਰੋਮਾ ਸੈਂਟਰ ਨਹੀਂ। ਮੈਂ ਕਿਹਾ ਸੀ ਕਿ ਏਮਜ਼ ਦਾ ਉਸ ਲੈਵਲ ਦਾ ਇੱਕ ਟਰੋਮਾ ਸੈਂਟਰ ਬਣਾ ਦਿਓ, ਬਹੁਤ ਐਕਸੀਡੈਂਟ ਹੁੰਦੇ ਆ ਨੈਸ਼ਨਲ ਹਾਈਵੇ 'ਤੇ ਔਰ ਕੋਈ ਫਿਰ ਦੇਖਣ ਵਾਲਾ ਨਹੀਂ ਹੁੰਦਾ, ਉਹ ਮੈਂ ਕਿਹਾ ਸੀ। ਠੀਕ ਹੈ ਜੀ, ਫਿਰ ਜਿਹੜੀ ਦੇਖੋ ਉਸੇ ਨੈਸ਼ਨਲ ਹਾਈਵੇ 'ਤੇ ਮੰਡੀ ਗੋਬਿੰਦਗੜ੍ਹ ਇਜ਼ ਮਾਨਚੈਸਟਰ ਆਫ ਨੌਰਥ ਇੰਡੀਆ, ਉੱਥੇ ਸਟੀਲ ਮਿਲਜ਼ ਨੇ, ਛੋਟੀਆਂ ਮਿਲਜ਼ ਨੇ ਲੇਕਿਨ ਮਿਲਜ਼ ਨੇ। ਫਿਰ ਮੇਰਾ ਖੰਨਾ ਟਾਊਨ ਆ, ਦੈਟ ਇਜ਼ ਦੀ ਯੂ ਕੈਨ ਸੇ ਦੀ ਕੈਟਲ ਫੀਡ ਦੀ ਕੈਪੀਟਲ ਹੈਗੀ ਹੈ ਕੰਟਰੀ ਦੀ, ਸਭ ਤੋਂ ਜ਼ਿਆਦਾ ਕੈਟਲ ਫੀਡ ਕੰਟਰੀ 'ਚ ਉੱਥੇ ਪ੍ਰੋਡਿਊਸ ਹੁੰਦੀ ਆ। ਫਿਰ ਮੇਰਾ ਆਪਣਾ ਦੁਰਾਹਾ ਹੈਗਾ, ਉੱਥੇ ਇੰਡਸਟਰੀ ਆ, ਸਾਹਨੇਵਾਲ ਇੰਡਸਟਰੀ ਆ, ਮੰਡੀ ਅਹਿਮਦਗੜ੍ਹ ਆ, ਉੱਥੇ ਇੰਡਸਟਰੀ ਆ।
ਤੇ ਮੈਂ ਉਹ ਸਾਰੀ ਜਿਹੜੀ ਇੰਡਸਟਰੀ ਆ ਉਹਨਾਂ ਦੇ ਇਸ਼ੂਜ਼ ਪ੍ਰਾਈਮਰੀਲੀ ਕੀ ਆ, ਪ੍ਰਾਈਮਰੀਲੀ ਇਸ਼ੂ ਕੀ ਆ, ਇੱਕ ਤਾਂ ਪੰਜਾਬ ਇਜ਼ ਏ ਲੈਂਡ ਲੋਕ ਸਟੇਟ, ਕਿ ਚਾਰੇ ਪਾਸਿਓਂ ਜ਼ਮੀਨ ਆ, ਔਰ ਕਾਂਡਲਾ ਜਾਂ ਜਿਹੜੀ ਵੀ ਸੀ ਪੋਰਟਸ ਆ ਉਹ ਬਹੁਤ ਜ਼ਿਆਦਾ ਦੂਰ ਨੇ, ਅਤੇ ਬੋਥ ਵੇਜ਼ ਖਰਚਾ ਬਹੁਤ ਹੁੰਦਾ ਕਿਆ, ਕਿ ਅਗਰ ਰਾ ਮਟੀਰੀਅਲ ਲੈ ਕੇ ਆਉਣਾ ਸੀ ਦੇ ਰੂਟ ਤੋਂ ਉਹ ਵੀ ਮਹਿੰਗਾ, ਔਰ ਕੋਈ ਪ੍ਰੋਡਕਟ ਭੇਜਣਾ ਤਾਂ ਉਹ ਵੀ ਮਹਿੰਗਾ, ਕਿਉਂਕਿ ਟਰਾਂਸਪੋਰਟੇਸ਼ਨ ਬਹੁਤ ਕੋਸਟ ਆ। ਅਤੇ ਉਹ ਇਸ ਕਰਕੇ ਮੈਂ ਕਿਹਾ ਸੀ ਕਿ ਇਹ ਜਿਹੜਾ ਪੰਜਾਬ ਲੈਂਡ ਲੋਕ ਸਟੇਟ ਆ, ਔਰ ਈਵਨ ਦੂਸਰੀਆਂ ਸਟੇਟਸ ਨੂੰ ਵੀ, ਉਹਨਾਂ ਨੂੰ ਕੋਈ ਨਾ ਕੋਈ ਤੁਸੀਂ ਫੈਸਿਲਿਟੀਜ਼ ਜ਼ਿਆਦਾ ਦਿਓ, ਸੋ ਦੈਟ ਦੇ ਕੈਨ ਕੰਪੀਟ ਵਿਦ ਦੀ ਜਿਹੜੀਆਂ ਸੀ ਸ਼ੋਰ 'ਤੇ ਸਟੇਟਸ ਆ ਉਹਨਾਂ ਨਾਲ ਕੰਪੀਟ। ਪਰ ਮੋਦੀ ਜੀ ਔਰ ਭਾਜਪਾ ਤਾਂ ਸਿਰਫ ਗੁਜਰਾਤ ਦਾ ਹੀ ਧਿਆਨ ਕਰਦੇ ਆ, ਇਹਨਾਂ ਨੂੰ ਦੂਸਰੇ ਸੂਬੇ ਤੋਂ ਕੁਛ ਲੈਣਾ ਦੇਣਾ ਹੀ ਨਹੀਂ। ਅਤੇ ਇਸ ਕਰਕੇ ਉਹ ਮੈਂ ਫਿਰ ਮੰਗ ਕਰਾਂਗਾ ਕਿ ਭਾਈ ਉਹਨੂੰ ਕਰੋ ਸਾਰੀਆਂ ਲੈਂਡ ਲੋਕ, ਐਂਡ ਆਮ ਨਾਟ ਸੇਇੰਗ ਕਿ ਪੰਜਾਬ, ਸਾਰੀਆਂ ਲੈਂਡ ਲੋਕ ਸਟੇਟਸ ਦੀ ਇਹ ਪ੍ਰੋਬਲਮ ਹੈਗੀ ਆ। ਇਸ ਬਾਰ ਮਜ਼ਬੂਤ ਵਿਪਕਸ਼ ਹੈ, ਸ਼ਾਇਦ ਇਸ ਬਾਰ ਆਪਕੀ ਆਵਾਜ਼ ਕੋਈ ਦਬਾ ਨਾ ਪਾਏ। ਇੱਕ ਸਵਾਲ ਇਹ ਕਿ ਸਰ, ਜਿਸ ਤਰੀਕੇ ਸੇ ਮੌਜੂਦਾ ਪੰਜਾਬ ਕੀ ਜੋ ਸਰਕਾਰ ਹੈ ਉਸਨੇ 13-0 ਕਾ ਵਾਅਦਾ ਕੀਆ ਥਾ, ਮਗਰ 13-0 ਤੋਂ ਕੁਛ ਨਹੀਂ, 3 ਪਰ ਵੋ ਸਿਮਟ ਗਏ। ਵਹੀਂ ਬਾਤ ਕਰੇ ਟੋਪ ਰੀਜਨਲ ਪਾਰਟੀ ਹੈ ਪੰਜਾਬ ਕੀ ਅਕਾਲੀ ਦਲ, ਵੋ 1 ਪਰ ਸਿਮਟ ਗਈ, ਕੈਸੇ ਦੇਖਤੇ ਹੈ? ਨਹੀਂ ਦੇਖੋ, ਉਹ ਤਾਂ ਦੇਖੋ ਜਿਹੜਾ ਪੰਜਾਬ ਦਾ ਮੈਂਡੇਟ ਹੈ, ਬਲਕਿ ਕੇਂਦਰ ਦਾ ਵੀ ਮੈਂਡੇਟ, ਜਿਹੜਾ ਮੈਂਡੇਟ ਦਿੱਤਾ ਈਵਨ ਮੋਦੀ ਜੀ ਔਰ ਭਾਜਪਾ ਦੇ ਖਿਲਾਫ ਦਾ ਮੈਂਡੇਟ ਆ, ਉਹਨਾਂ ਨੂੰ ਇਹ ਲੋਕਾਂ ਨੇ ਕਿਹਾ, ਹਿੰਦੁਸਤਾਨ ਦੇ ਲੋਕਾਂ ਨੇ, ਕਿ ਸਾਡੀ ਗੱਲ ਸੁਣੋ, ਤੁਸੀਂ ਇੱਕ ਤਰਫਾ ਜਿਹੜਾ ਭਾਸ਼ਣ ਕਰਦੇ ਹੋ ਉਹ ਨਹੀਂ, ਸਾਡੀ ਗੱਲ ਸੁਣੋ, ਔਰ ਕਰੋਨੀ ਕੈਪੀਟਲਿਜ਼ਮ ਨਹੀਂ ਚੱਲੇਗਾ, ਔਰ ਫਾਰਮਰਸ ਦੀ, ਲੇਬਰ ਦੀ, ਅਨਇੰਪਲੋਇਡ ਯੂਥ ਦੀ, ਸੋਸ਼ਲ ਸਿਕਿਉਰਿਟੀ ਦੀ, ਇਹ ਸਾਰੇ ਮੁੱਦਿਆਂ 'ਤੇ ਧਿਆਨ ਦਿਓ, ਤੁਹਾਡੀ ਆਪਣੀ ਜਿਸ ਤਰ੍ਹਾਂ ਦਾ ਤੁਸੀਂ ਚਲਾਉਂਦੇ ਹੋ, ਇਹ ਮੈਂਡੇਟ ਤਾਂ ਕੇਂਦਰ ਦੇ ਵੀ ਖਿਲਾਫ ਔਰ ਪੰਜਾਬ 'ਚ ਉਸ ਤੋਂ ਜ਼ਿਆਦਾ ਵੀ ਖਿਲਾਫ ਹੈ, ਕਿਉਂਕਿ ਇਹਨਾਂ ਨੇ ਇੰਨੇ ਭਾਸ਼ਣ ਕੀਤੇ, ਹੁਣ ਸਿਰਫ ਪੋਸਟਰ ਲਗਾਉਂਦੇ ਆ ਚਾਰੇ ਪਾਸੇ, 70 ਕਰੋੜ ਦਾ ਬਜਟ ਸੀ, 700 ਕਰੋੜ ਦਾ ਕਰ ਲਿਆ ਪਬਲਿਸਿਟੀ ਦਾ, ਤੇਲੰਗਾਨਾ ਤੱਕ, ਤੁਸੀਂ ਬੰਬੇ ਦੇ ਏਅਰਪੋਰਟ, ਕਲਕੱਤਾ, ਸਭ ਜਗ੍ਹਾ ਇਹਨਾਂ ਦੇ ਪੋਸਟਰ ਲੱਗੇ ਹੁੰਦੇ ਆ, ਬਿਲਬੋਰਡਸ ਲੱਗੇ ਹੁੰਦੇ ਆ, ਅਰੇ ਥੱਲੇ ਗਰਾਊਂਡ 'ਤੇ ਕੁਛ ਹੋ ਨਹੀਂ ਰਿਹਾ, ਲੋਕਾਂ ਨੇ ਡਰੱਗਸ ਪਹਿਲਾਂ ਨਾਲੋਂ ਵੱਧ ਗਈਆਂ, ਲਾਅ ਐਂਡ ਆਰਡਰ ਦੀ ਹਾਲਤ ਖਰਾਬ ਹੈ, ਕੋਈ ਪ੍ਰੋਮਿਸ ਪੂਰਾ ਨਹੀਂ ਕੀਤਾ, ਇਹਨਾਂ ਨੇ ਕਿਹਾ ਸੀ ਕਿ ਅਸੀਂ ਬਰਗਾੜੀ ਦਾ ਇਸ਼ੂ ਸੋਰਟ ਆਊਟ ਕਰ ਦਿਆਂਗੇ, ਆਹ ਕਰ ਦਿਆਂਗੇ, ਉਹ ਕਰ ਦਿਆਂਗੇ, ਕੋਈ ਇਸ਼ੂ ਸੋਰਟ ਆਊਟ, ਉਹ ਮੈਂਡੇਟ ਆਮ ਪਾਰਟੀ ਔਰ ਚੀਫ ਮਿਨਿਸਟਰ ਦੇ ਖਿਲਾਫ ਹੈ, ਉਹਨਾਂ ਦੇ ਪੂਰਾ ਖਿਲਾਫ ਹੈ, ਕਿ ਤੁਸੀਂ ਜਿੰਨੀਆਂ ਗੱਲਾਂ ਕੀਤੀਆਂ ਸੀ ਉਹ ਕਿਸੇ 'ਤੇ ਉਤਰਦੇ ਨਹੀਂ ਹੈਗੇ, ਤਾਂ ਦੋਵਾਂ ਸਰਕਾਰਾਂ ਦੇ ਖਿਲਾਫ ਮੈਂਡੇਟ ਆ, ਪੰਜਾਬ ਸਰਕਾਰ ਦੇ ਵੀ ਖਿਲਾਫ ਔਰ ਕੇਂਦਰ ਸਰਕਾਰ ਦੇ ਵੀ ਖਿਲਾਫ। ਕਹਿੰਦੇ ਕਿ ਚੁਣਾਵੋਂ ਮੇਂ ਅਗਰ ਦੇਖੇ ਕਿ ਚੁਣਾਵੋਂ ਕੋ ਪਰਿਭਾਸ਼ਿਤ ਕੀਆ ਜਾਏ ਤੋ ਲੋਕਤੰਤਰ ਕੀ ਜੀਤ ਕੀ ਵਿਆਖਿਆ ਕਰਨੀ ਹੈ ਤਾਂ ਲੋਕ ਸਭਾ ਚੁਣਾਵ ਕੇ ਮਾਧਿਅਮ ਸੇ ਕਰ ਸਕਦੇ ਹੈ, ਜਨਤਾ ਜਨਾਰਦਨ ਹਮੇ ਜਿਤਾਤੀ ਹੈ, ਵੋ ਚੁਣਤੀ ਹੈ ਆਪਣਾ ਨੇਤਾ। ਦੋ ਨੇਤਾ ਸਰਬਜੀਤ ਔਰ ਅੰਮ੍ਰਿਤਪਾਲ, ਇਹ ਦੋਨੋਂ ਨਿਰਦਲੀਏ ਜੀਤਤੇ ਹੈ, ਕਹਾਂ ਕੀ ਸੋਚ ਰੱਖਤੇ ਹੈ ਪੰਜਾਬ ਕੇ ਜੋ ਲੋਕ ਹੈ, ਉਨਕੀ ਇਹ ਸੋਚ ਹੈ ਔਰ ਉਹਨੇ ਉਹਨੇ ਜਿਤਾਇਆ ਹੈ, ਕਿਸ ਤਰੀਕੇ ਸੇ ਆਪ ਦੇਖਤੇ ਹੈ ਦੋਨੋਂ ਨੇ ਕਾਮਯਾਬੀ ਹਾਸਿਲ ਕੀ? ਨਹੀਂ ਨਹੀਂ ਦੇਖੋ, ਪੰਜਾਬ ਦਾ ਇਤਿਹਾਸ ਆਪਾਂ ਨੂੰ ਦੇਖਣਾ ਚਾਹੀਦਾ, ਜਿਹੜਾ ਪੰਜਾਬੀ ਆ ਉਹ ਓਪਰੇਸ਼ਨ ਦੇ ਖਿਲਾਫ ਖੜਾ ਹੁੰਦਾ, ਜ਼ਿਆਦਤੀ ਦੇ ਖਿਲਾਫ। ਤੁਸੀਂ ਹੁਣ ਇਹ ਦੱਸੋ ਵੀ ਅੰਮ੍ਰਿਤਪਾਲ ਜੀ ਨੂੰ ਡਿਬਰੂਗੜ੍ਹ ਲਿਜਾਣ ਦੀ ਕੀ ਜ਼ਰੂਰਤ ਸੀ? ਕਿਆ ਸਾਰੇ ਹਿੰਦੁਸਤਾਨ 'ਚ ਕਿਤੇ ਕੋਈ ਜੇਲ੍ਹ ਨਹੀਂ ਹੈ ਰੱਖਣ ਲਈ? ਪੰਜਾਬ 'ਚ ਜਿਹੜੀ ਨਾਭਾ ਜੇਲ੍ਹ ਆ, ਦੈਟ ਇਜ਼ ਕਾਲਡ ਹਾਈ ਸਿਕਿਉਰਿਟੀ ਜੇਲ੍ਹ। ਜਦੋਂ ਟੈਰਰਿਜ਼ਮ ਸੀ, ਸਭ ਤੋਂ ਜਿਹੜੇ ਡਰੈਡਡ ਟੈਰਰਿਸਟ ਹੁੰਦੇ ਸੀ ਉਦੋਂ ਨਾਭੇ ਹੁੰਦੇ ਸੀ, ਅਤੇ ਇਹਨਾਂ ਨੂੰ ਡਿਬਰੂਗੜ੍ਹ, ਉਹਦਾ ਓਪਰੇਸ਼ਨ ਦੇ ਖਿਲਾਫ ਆਵਾਜ਼ ਹੈਗੀ ਆ ਪੰਜਾਬ ਗੌਰਮੈਂਟ, ਕਿਉਂਕਿ ਦੋਵੇਂ ਮਿਲੇ ਹੋਏ ਆ, ਕੇਂਦਰ ਸਰਕਾਰ ਔਰ ਆਪ ਸਰਕਾਰ ਪੰਜਾਬ ਦੀ, ਇਹ ਦੋਵੇਂ ਮਿਕਸ ਹੋ ਕੇ ਚੱਲਦੇ ਆ, ਔਰ ਹਰ ਚੀਜ਼ 'ਤੇ
ਦੇਖੋ ਸ਼ੰਭੂ ਤੇ ਜ਼ਿਆਦਤੀ ਹੋਈ, ਹਰਿਆਣਾ ਗੌਰਮੈਂਟ ਨੇ ਜ਼ਿਆਦਤੀ ਕੀਤੀ, ਪੰਜਾਬ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਜਦੋਂ ਲੋਕ ਪੰਜਾਬ ਦੇ ਲੋਕ ਵਿਰੋਧ ਕਰਦੇ ਸੀ ਭਾਜਪਾ ਦੇ ਕੈਂਡੀਡੇਟਸ ਦਾ, ਅਤੇ ਆਪ ਸਰਕਾਰ ਉਹਨਾਂ ਨੂੰ ਕੁੱਟਵਾ ਰਹੀ ਸੀ, ਅਤੇ ਉਹ ਇਸ ਕਰਕੇ ਉਹ ਓਪਰੇਸ਼ਨ ਦੇ ਖਿਲਾਫ ਹੈ, ਕੇਂਦਰ ਸਰਕਾਰ ਦੇ ਵੀ ਔਰ ਪੰਜਾਬ ਸਰਕਾਰ ਦੇ ਵੀ। ਉਹ ਕੋਈ ਐਬਨੋਰਮਲ ਗੱਲ ਨਹੀਂ ਹੈਗੀ। ਔਰ ਪੰਜਾਬੀਆਂ ਦਾ ਇਤਿਹਾਸ ਇਹ ਹੈ ਕਿ ਜਦੋਂ ਵੀ ਕੋਈ ਜ਼ਿਆਦਤੀ ਕਰੂੰਗਾ, 60s ਵਿੱਚ ਮੋਹਨ ਸਿੰਘ ਤੋੜ ਨੂੰ ਫੜ ਲਿਆ ਸੀ, ਹੀ ਵਾਜ਼ ਇਨ ਜੇਲ, ਔਰ ਉਹਨਾਂ ਨੇ ਜੇਲ੍ਹ 'ਚੋਂ ਪ੍ਰਤਾਪ ਸਿੰਘ ਕੈਰੋ ਨੂੰ ਹਰਾਤਾ ਸੀ, ਅਤੇ ਇਹ ਪੰਜਾਬ ਦਾ ਇਤਿਹਾਸ ਰਿਹਾ। ਅੰਮ੍ਰਿਤਪਾਲ ਜੀ ਕੇ ਲਈ ਆਵਾਜ਼ ਉੱਠ ਰਹੀ ਹੈ ਕਿ ਅਬ ਉਹਨੇ ਜੇਲ੍ਹ ਸੇ ਬਾਹਰ ਆਉਣਾ ਚਾਹੀਏ, ਉਨਕੋ ਜਨਤਾ ਕਾ ਮੈਂਡੇਟ ਮਿਲਾ ਹੈ। ਉਹ ਦੇਖੋ ਹੁਣ ਗੌਰਮੈਂਟ ਵਿਊ ਲਏਗੀ, ਲੋਕਾਂ ਨੇ ਤਾਂ ਕਹਿਣਾ ਹੀ ਹੈ, ਕਿਉਂਕਿ ਲੋਕਾਂ ਨੇ ਉਹਨਾਂ ਨੂੰ ਜਿਤਾਤਾ ਹੈਗਾ, ਖਡੂਰ ਸਾਹਿਬ ਦੇ ਲੋਕਾਂ ਨੇ, ਅਤੇ ਉੱਥੋਂ ਦੇ ਲੋਕ ਤਾਂ ਕਹਿਣਗੇ ਹੀ ਕਹਿਣਗੇ, ਅਤੇ ਉਹ ਹੁਣ ਗੌਰਮੈਂਟ ਇੱਕ ਵਿਊ ਲਏਗੀ। ਸਰ, ਇੱਕ ਸਵਾਲ ਇਹ ਕਿ ਕੰਗਨਾ ਰਣਾਵਤ ਕੇ ਸਾਥ ਜਿਸ ਤਰੀਕੇ ਕਾ ਇੰਸੀਡੈਂਟ ਨਿਕਲ ਕੇ ਸਾਹਮਣੇ ਆਇਆ, ਚੰਡੀਗੜ੍ਹ ਏਅਰਪੋਰਟ ਪਰ ਉਨ ਪਰ ਇੱਕ ਹਮਲਾ ਕੀਆ CISF ਕੀ ਜਵਾਨ ਨੇ, ਕਿਸ ਤਰੀਕੇ ਸੇ ਦੇਖਤੇ ਹੈ ਕਿਸਾਨ ਕਾ ਮੁੱਦਾ ਉਠਾਤੇ ਹੋਏ ਨਜ਼ਰ ਆਈ CISF ਜਵਾਨ, ਉਹ ਪੀੜਿਤ ਥੀ, ਉਨਕੀ ਮਾਤਾ ਕਿਸਾਨ ਅੰਦੋਲਨ ਮੇਂ ਬੈਠੀ ਥੀ, ਕਿਸੀ ਬਿਆਨ ਸੇ ਵੋ ਆਹਤ ਥੀ, ਇਸ ਲਈ ਉਨ੍ਹੋਂ ਨੇ ਐਸਾ ਕੀਆ। ਨਹੀਂ ਦੇਖੋ, ਮੈਨੂੰ ਉਹਦੀਆਂ ਡਿਟੇਲਸ ਪਤਾ ਨਹੀਂ, ਮੈਨੂੰ ਇੰਨਾ ਸਿਰਫ ਪਤਾ ਲੱਗਾ ਕਿ CISF ਨੇ ਬਹੁਤ ਹਾਈ ਲੈਵਲ ਇਨਕੁਆਇਰੀ ਆਰਡਰ ਕੀਤੀ ਆ, ਔਰ ਮੈਂ CISF ਐਜ਼ ਐਨ ਔਰਗਨਾਈਜੇਸ਼ਨ ਜਾਣਦਾ, ਬਹੁਤ ਪ੍ਰੋਫੈਸ਼ਨਲ ਔਰਗਨਾਈਜੇਸ਼ਨ, ਆਈ ਥਿੰਕ ਦੇ ਵਿਲ ਕਮ ਆਊਟ ਵਿਦ ਦੀ ਟਰੁੱਥ ਕਿ ਐਕਚੁਅਲ ਕੀ ਹੋਇਆ, ਕਿਉਂਕਿ ਕੋਈ ਫੁੱਲ ਡਿਟੇਲਸ ਤਾਂ ਬਾਹਰ ਆ ਨਹੀਂ ਰਹੀਆਂ, ਅਤੇ ਉਹ ਲੈਟ ਦਾ ਫੁੱਲ ਡਿਟੇਲਸ ਕੰਮ, ਫਿਰ ਆਪਾਂ ਪੂਰਾ ਉੱਤੇ ਬਿਆਨ ਦੇਵਾਂਗੇ। ਪਰ ਦੋਵੇਂ ਸਾਈਡਾਂ ਤੋਂ ਹੀ ਇੱਕ ਕਿਸੇ ਦੀ ਵੀ ਕੋਈ ਫੀਲਿੰਗ ਹਰਟ ਕਰਨ ਦਾ ਕੰਮ ਨਹੀਂ ਕਰਨਾ ਚਾਹੀਦਾ, ਬੋਥ ਫਰੋਮ ਪਬਲਿਕ ਰਿਪ੍ਰੈਜੈਂਟੇਟਿਵ ਐਂਡ ਫਰੋਮ ਦੀ ਅਦਰ ਸਾਈਡ ਆਲਸੋ। ਇਹਦੇ ਦੇਖੋ, ਪਬਲਿਕ ਲਾਈਫ 'ਚ ਔਰ ਦੂਸਰੀ ਲਾਈਫ 'ਚ ਵੀ ਸਾਨੂੰ ਇੱਕ ਦੂਜੇ ਦਾ ਆਦਰ ਕਰਨਾ ਚਾਹੀਦਾ। ਸਵਾਲ ਇਹ ਵੀ ਕਿ ਜਿਸ ਤਰੀਕੇ ਸੇ ਉਹ ਇੱਕ ਜ਼ਿੰਮੇਦਾਰੀ, ਮਹਿਲਾ ਜ਼ਿੰਮੇਦਾਰੀ ਨਿਭਾ ਰਹੀ ਥੀ, ਉਹ ਆਪਣੀ ਡਿਊਟੀ ਪੇ ਥੀ, ਅਗਰ ਉਨਕੀ ਕੋਈ ਐਸੀ ਫੀਲਿੰਗ ਥੀ ਵੀ ਤਾਂ ਉਸਕੋ ਅਲੱਗ ਤਰੀਕੇ ਸੇ ਉਸਕੋ ਵਿਅਕਤ ਕੀਆ ਜਾ ਸਕਤਾ ਥਾ। ਔਨ ਡਿਊਟੀ ਕਈ ਐਸੇ ਲੋਕ ਹੈ ਜੋ ਬੜੇ ਬੜੇ ਨੇਤਾ ਪੋਲੀਟੀਸ਼ੀਅਨ ਕੇ ਸਾਥ ਸੁਰੱਖਿਆ ਦੇ ਰਹੇ ਹੋਤੇ ਹੈ, ਐਸੇ ਮੇਂ ਇਹ ਕਦਮ ਉਠਾਨਾ ਕਹੀਂ ਗਲਤ ਹੋਤਾ ਹੈ? ਨਹੀਂ, ਉਹ ਤਾਂ ਮੈਂ ਤਾਂ ਪਹਿਲਾਂ ਜਵਾਬ ਦੇ ਦਿੱਤਾ ਨਾ ਇਸ ਗੱਲ ਦਾ ਕਿ ਉਹ ਲੈਟ ਦਾ ਡਿਟੇਲਸ ਕਮ ਆਊਟ, ਫਿਰ ਉਸ ਪਰ ਰਿਐਕਸ਼ਨ ਦੇਣਗੇ। ਆਪ ਸੁਣ ਰਹੇ ਥੇ ਅਮਰ ਸਿੰਘ ਕੋ, ਜਿਨ੍ਹਾਂ ਨੇ ਤਮਾਮ ਮੁੱਦੇ ਪਰ ਨਿਊਜ਼ 18 ਕੇ ਸਾਥ ਖਾਸ ਬਾਤਚੀਤ ਕੀ। ਨਈ ਦਿੱਲੀ ਸੇ ਮੈਂ ਰਵੀ ਮਿਸ਼ਰਾ, ਨਿਊਜ਼ 18।